ਠੱਗੀ ਮਾਰਨ ਵਾਲਿਆਂ ਦੇ ਹੌਸਲੇ ਬੁਲੰਦ। 5 ਤੋਂ 10 ਹਜ਼ਾਰ ਦੇ ਵਿੱਚ ਫੇਕ ਸਾਫਟਵੇਅਰ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਬਣਾਉਂਦੇ ਨੇ ਸ਼ਿਕਾਰ। ਗੱਲ ਕਰੀਏ ਬਰਨਾਲਾ ਸ਼ਹਿਰ ਦੀ ਤਾਂ 3 ਵਿਅਕਤੀਆਂ ਵੱਲੋਂ ਫੇਕ ਕੰਪਨੀ ਬਣਾ ਕੇ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਨੌਜਵਾਨ ਨਾਲ ਮਾਰੀ 18 ਲੱਖ ਦੀ ਠੱਗੀ। ਵਿਅਕਤੀ ਵੱਲੋਂ ਕਿਹਾ ਗਿਆ ਖੂਨ ਪਸੀਨੇ ਦੀ ਕਮਾਈ ਸੀ ਜੋ ਇਨ੍ਹਾਂ ਠੱਗਾਂ ਵੱਲੋਂ ਠੱਗੀ ਗਈ। ਉਸ ਨੌਜਵਾਨ ਵੱਲੋਂ ਆਪਣੀ ਹੱਡ ਬੀਤੀ ਦੱਸਦੇ ਹੋਏ ਕਿਹਾ ਕਿ ਮੇਰੇ ਜਿਹੇ ਕਈ ਵਿਅਕਤੀਆਂ ਵੱਲੋਂ ਇਨ੍ਹਾਂ ਵੱਲੋਂ ਫੇਕ ਕੰਪਨੀ ਦੇ ਨਾਮ ਤੇ ਲੁੱਟੇ ਹੋਣਗੇ ਕਰੋੜਾਂ ਰੁਪਏ। ਮੇਰੇ ਨਾਲ ਵੱਜੀ ਠੱਗੀ ਦੀ ਜਾਣਕਾਰੀ ਬਰਨਾਲਾ ਪੁਲਿਸ ਮੁਖੀ SSP ਦੇ ਧਿਆਨ ਚ ਲਿਆ ਕੇ ਇਨਸਾਫ਼ ਦੀ ਲਾਈ ਗੁਹਾਰ।